ਤੇਲ ਦੀ ਰਖਵਾਲੀ ਦੇ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਤੈਨਾਤ ਹੋ ਚੁੱਕੇ ਨੇ। ਅੱਜ ਸਵੇਰ ਤੋਂ ਹੀ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਤੇਲ ਦੀ ਕਿੱਲਤ ਨਜ਼ਰ ਆਈ, ਪੈਟਰੋਲ ਪੰਪਾਂ 'ਤੇ ਭੀੜ ਨਜ਼ਰ ਆਈ, ਤਾਂ ਹੁਣ ਟੈਂਕਰਾਂ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਤੁਰਦੇ ਨਜ਼ਰ ਆ ਰਹੇ ਨੇ। ਤੇਲ ਦੀ ਕਿੱਲਤ ਨਾਲ ਪੰਜਾਬ ਦੇ ਲੋਕ ਜੂਝ ਰਹੇ ਨੇ ਔਰ ਜਿਹੜੇ ਤੇਲ ਦੇ ਟੈਂਕਰ ਨੇ ਉਹ ਹੁਣ ਪੰਜਾਬ ਪੁਲਿਸ ਦੀ ਰਖਵਾਲੀ ਦੇ ਨਾਲ ਨਾਲ ਪੈਟਰੋਲ ਪੰਪਾਂ ਤੱਕ ਪਹੁੰਚ ਰਹੇ ਨੇ ਤਾਂ ਜੋ ਤੇਲ ਦੀ ਕਿੱਲਤ ਨੂੰ ਦੂਰ ਕੀਤਾ ਜਾਵੇ। ਦੱਸ ਦਈਏ ਕਿ ਪੁਲਿਸ ਨੇ ਜ਼ਬਰਦਸਤੀ ਬੰਦ ਤੇਲ ਦੇ ਟੈਂਕਰ ਦੀ ਸਪਲਾਈ ਆ ਜਿਹੜੀ ਮੁੜ ਤੋਂ ਸ਼ੁਰੂ ਕਰਵਾ ਦਿੱਤੀ। ਤੇਲ ਦੀ ਗੱਡੀ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਤੁਰਦੇ ਨਜ਼ਰ ਆ ਰਹੇ ਨੇ। ਖੁਦ ਮੌਕੇ 'ਤੇ ਜਾ ਕੇ ਇਹਨਾਂ ਮੁਲਾਜ਼ਮਾਂ ਨੇ ਤੇਲ ਦੀ ਸਪਲਾਈ ਸ਼ੁਰੂ ਕਰਾਈ ਕਿਉਂਕਿ ਪੈਟਰੋਲ ਪੰਪਾਂ 'ਤੇ ਤੇਲ ਖਤਮ ਹੋ ਚੁੱਕਿਆ, ਲੋਕਾਂ ਦੀ ਭੀੜ ਇਕੱਠੀ ਹੋਈ ਹੈ ਔਰ ਦੂਜੇ ਪਾਸੇ ਤੇਲ ਦੇ ਟੈਂਕਰ ਨੇ ਜਿਹੜੇ ਉਹ ਪੁਲਿਸ ਦੀ ਰਖਵਾਲੀ ਦੇ ਨਾਲ ਨਾਲ ਪੈਟਰੋਲ ਪੰਪਾਂ ਤੱਕ ਪਹੁੰਚ ਰਹੇ ਨੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਸੋ ਦੱਸ ਦਈਏ ਕਿ ਪੰਜਾਬ ਸਣੇ ਕਈ ਸੂਬਿਆਂ ਦੇ ਵਿੱਚ ਤੇਲ ਦੀ ਕਿੱਲਤ ਵੱਧ ਗਈ, ਕਈ ਪੰਪਾਂ ਤੋਂ ਤੇਲ ਖਤਮ ਹੋ ਗਿਆ ਔਰ ਟੈਂਕਰਾਂ ਦੇ ਜਿਹੜੇ ਡਰਾਈਵਰ ਨੇ ਉਹ ਹੜਤਾਲ 'ਤੇ ਬੈਠੇ ਹੋਏ ਨੇ ਕਿਉਂਕਿ ਨਵੇਂ ਕਾਨੂੰਨ ਹਿੱਟ ਐਂਡ ਰਨ ਦੇ ਖਿਲਾਫ ਉਹਨਾਂ ਦਾ ਰੋਸ ਆ ਜਿਹੜਾ ਉਹ ਵੱਧ ਰਿਹਾ। ਇਸੇ ਕਰਕੇ ਹੁਣ ਟੈਂਕਰ ਨੇ ਜਿਹੜੇ ਪੈਟਰੋਲ ਪੰਪਾਂ ਤੱਕ ਨਹੀਂ ਪਹੁੰਚ ਰਹੇ ਤਾਂ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਖੁਦ ਜਾ ਕੇ ਤੇਲ ਦੀ ਸਪਲਾਈ ਸ਼ੁਰੂ ਕਰਵਾਈ। ਨਾਲ ਹੀ ਪੈਟਰੋਲ ਪੰਪਾਂ 'ਤੇ ਇਹ ਟੈਂਕਰ ਜਾਣਗੇ, ਉੱਥੇ ਜਾ ਕੇ ਜਿਹੜੇ ਲੋਕ ਦੋ ਦੋ ਚਾਰ ਹੋ ਰਹੇ ਨੇ ਉਹਨਾਂ ਨੂੰ ਤੇਲ ਆ ਜਿਹੜਾ ਉਹ ਸਮੇਂ ਸਿਰ ਮਿਲ ਸਕੇਗਾ, ਭਾਰੀ ਕਿੱਲਤ ਆ ਜਿਹੜੀ ਉਹ ਦੂਰ ਹੋਵੇਗੀ। ਬਿਲਕੁਲ, ਬਠਿੰਡਾ ਦੇ ਲੋਕਾਂ ਦੇ ਲਈ ਰਾਹਤ ਦੀ ਖਬਰ ਇਹ ਹੈ ਕਿ ਬਠਿੰਡਾ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੁਲਿਸ ਨੇ ਸ਼ੁਰੂ ਕਰਵਾ ਦਿੱਤੀ। ਇੱਕ ਵਾਰ ਤਸਵੀਰਾਂ ਵੇਖ ਲਓ, ਅਸੀਂ ਇੱਕ ਪੈਟਰੋਲ ਪੰਪ 'ਤੇ ਖੜ੍ਹੇ ਔਰ ਪੈਟਰੋਲ ਪੰਪ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕਰਮਚਾਰੀ ਨੇ ਉਹ ਡਰਾਈਵਰ ਨੇ ਉਹ ਤੇਲ ਦੀ ਗੱਡੀ ਨੂੰ ਖਾਲੀ ਕਰ ਰਹੇ ਨੇ। ਤੇਲ ਦੀ ਗੱਡੀ ਖਾਲੀ ਕਰ ਦਿੱਤੀ ਗਈ ਹੈ, ਸਪਲਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਪੁਰਸ ਦੇ ਜਵਾਨ ਸੀ ਉਹ ਇੱਥੇ ਪਹੁੰਚੇ ਔਰ ਅੰਦਰ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ। ਜਿਹੜੀ ਕੰਪਨੀ ਦੀ ਗੱਡੀ ਸੀ ਇੰਡੀਅਨ ਆਇਲ ਦੀ ਗੱਡੀ ਹੈ, ਇੰਡੀਅਨ ਆਇਲ ਨਾਲ ਗੱਲ ਕਰਕੇ ਉੱਥੋਂ ਡਰਾਈਵਰ ਹਾਇਰ ਕਰਕੇ ਇਹਨਾਂ ਨੇ ਇਸ ਗੱਡੀ ਦੇ ਨਾਲ ਇੱਥੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਹੈ ਉਹ ਲਗਾਤਾਰ ਸ਼ੁਰੂ ਕਰ ਦਿੱਤੀ ਹੈ। ਤੁਸੀਂ ਤਸਵੀਰਾਂ ਦੇ 'ਚ ਵੇਖ ਸਕਦੇ ਹੋ ਕਿ ਜਿਹੜੇ ਵਹੀਕਲ ਨੇ ਉਹ ਤੇਲ ਢੋਣ ਵਾਲੀਆਂ ਟੈਂਕੀਆਂ ਨੇ, ਗੱਡੀਆਂ ਨੇ ਜਿਨ੍ਹਾਂ ਦੀ ਸਪਲਾਈ ਹੈ ਉਹ ਪੁਲਿਸ ਨੇ ਸ਼ੁਰੂ ਕਰਵਾ ਦਿੱਤੀ ਹੈ ਔਰ ਬਠਿੰਡਾ ਦੇ ਲੋਕਾਂ ਦੇ ਲਈ ਰਾਹਤ ਦੀ ਖਬਰ ਹੈ। ਰਾਹਤ ਦੀ ਖਬਰ ਇਸ ਕਰਕੇ ਕਿਉਂਕਿ ਜ਼ਿਆਦਾਤਰ ਬਠਿੰਡਾ ਦੇ ਪੈਟਰੋਲ ਪੰਪ ਨੇ ਉਹ ਡਰਾਈ ਹੋ ਚੁੱਕੇ ਨੇ, ਬਠਿੰਡਾ ਦੇ 75% ਪੰਪ ਨੇ ਬੰਦ ਹੋ ਚੁੱਕੇ ਨੇ, ਕੁਝ ਪੰਪ ਰਹਿ ਗਏ ਨੇ ਉਹ ਸ਼ਾਮ ਤੱਕ ਬੰਦ ਹੋ ਜਾਣੇ ਸੀ ਪਰ ਪੁਲਿਸ ਨੇ ਮੁਸਤੈਦੀ ਦਿਖਾਈ ਹੈ, ਪੁਲਿਸ ਨੇ ਜ਼ਬਰਦਸਤੀ ਇਹ ਸਪਲਾਈ ਨੂੰ ਬਹਾਲ ਕਰ ਦਿੱਤਾ ਹੈ। ਬੇਸ਼ੱਕ ਡਰਾਈਵਰ ਇਸ ਚੀਜ਼ ਦਾ ਵਿਰੋਧ ਕਰਦੇ ਹੋਣ ਪਰ ਅੰਦਰ ਇਹਨਾਂ ਨੇ ਕੰਪਨੀ ਦੇ ਨਾਲ ਗੱਲਬਾਤ ਕਰਕੇ, ਇੰਡੀਅਨ ਆਇਲ ਦੇ ਨਾਲ ਗੱਲਬਾਤ ਕਰਕੇ ਕਿ ਤੁਸੀਂ ਸਪਲਾਈ ਦੇਣ ਲਈ ਰਾਜ਼ੀ ਹੋ ਤਾਂ ਅਸੀਂ ਸਪਲਾਈ ਸ਼ੁਰੂ ਕਰਵਾ ਦਈਏ, ਤਾਂ ਕਰਕੇ ਪੁਲਿਸ ਦੇ ਵੱਡੇ ਅਧਿਕਾਰੀ ਇੱਥੇ ਪਹੁੰਚਦੇ ਨੇ। SP ਲੈਵਲ ਦੇ ਅਫਸਰ ਡਿਊਟੀ ਲਾਈ ਜਾਂਦੀ ਹੈ ਅਤੇ ਦੁਬਾਰਾ ਤੋਂ ਸਪਲਾਈ ਹੈ ਉਹ ਨਿਰਵਿਘਨ ਸ਼ੁਰੂ ਹੋ ਗਈ ਹੈ, ਤਾਂ ਕਰਕੇ ਬਠਿੰਡਾ ਦੇ ਲੋਕਾਂ ਦੇ ਲਈ ਰਾਹਤ ਦੀ ਖਬਰ ਹੈ ਕਿ ਕਿਤੇ ਨਾ ਕਿਤੇ ਜਾ ਕੇ ਤੇਲ ਦੀ ਸਪਲਾਈ ਹੈ ਉਹ ਸ਼ੁਰੂ ਹੋ ਗਈ ਹੈ। ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਖੁਦ DSP ਦੀ ਗੱਡੀ ਇੱਥੇ ਪਹੁੰਚੀ ਹੈ, DSP ਪਹੁੰਚੇ ਨੇ, SP ਲੈਵਲ ਦੇ ਅਫਸਰ ਇੱਥੇ ਪਹੁੰਚੇ ਨੇ, ਤਾਂ ਕਰਕੇ ਪੁਲਿਸ ਦੀ ਪ੍ਰੋਡਕਸ਼ਨ ਦੇ ਅੰਦਰ ਪੁਲਿਸ ਫੋਰਸ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਨੇ ਅਤੇ ਇੱਥੇ ਆਖਿਰਕਾਰ ਸਪਲਾਈ ਹੈ ਜਿਹੜੀ ਉਹ ਲਗਾਤਾਰ ਤੋਂ ਦੁਬਾਰਾ ਤੋਂ ਸ਼ੁਰੂ ਹੋ ਗਈ ਔਰ ਕੁਛ ਹੀ ਟਾਈਮ ਦੇ ਬਾਅਦ ਪੰਪ ਦੇ ਉੱਤੋਂ ਤੇਲ ਅਤੇ ਡੀਜ਼ਲ ਪੈਟਰੋਲ ਲੋਕਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ, ਤਾਂ ਕਰਕੇ ਇੱਥੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਸ਼ੁਰੂ ਤੋਂ ਲੈ ਕੇ ਜਿਹੜੇ ਦਿੱਕਤਾਂ ਦੇ ਵਿੱਚ ਸੀਗੇ, ਦਿੱਕਤਾਂ ਲੋਕਾਂ ਨੂੰ ਆ ਰਹੀਆਂ ਸੀਗੀਆਂ।